ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਲਵਪ੍ਰੀਤ ਵਰਮਾ ਵੈਨਿਊਰ ਇੰਗਲਿਸ਼ ਐਂਡ ਇਮੀਗ੍ਰੇਸ਼ਨ ਤੋਂ। ਅੱਜ ਸਾਡੇ ਨਾਲ ਸ਼੍ਰੀ ਅਵਤਾਰ ਸਿੰਘ ਜੀ ਨੇ, ਅਰਸ਼ ਦੇ ਫਾਦਰ, ਜਿਨ੍ਹਾਂ ਦਾ ਹੁਣੇ ਵੀਜ਼ਾ ਆਇਆ, ਅਰਸ਼ ਦਾ ਸਟੱਡੀ ਵੀਜ਼ਾ ਆਇਆ ਜੀ ਕੈਨੇਡਾ ਦਾ, ਇੱਕ ਰਿਫਿਊਜ਼ਲ ਤੋਂ ਬਾਅਦ। ਅਵਤਾਰ ਸਿੰਘ ਜੀ ਤੋਂ ਪੁੱਛਾਂਗੇ ਕਿ ਉਹਨਾਂ ਦਾ ਐਕਸਪੀਰੀਅੰਸ ਵੈਨਿਊਰ ਇੰਗਲਿਸ਼ ਨਾਲ ਕਿੱਦਾਂ ਦਾ ਰਿਹਾ। ਤੁਸੀਂ ਬਾਈ ਜੀ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ, ਤੁਹਾਨੂੰ ਕਿੱਦਾਂ ਦਾ ਰਿਹਾ ਸਾਡੇ ਨਾਲ ਸਾਰਾ? ਬਹੁਤ ਵਧੀਆ ਰਿਹਾ ਜੀ ਸਾਨੂੰ। ਪਹਿਲਾਂ ਸਾਡੀ ਇੱਕ ਰਿਫਿਊਜ਼ਲ ਆ ਗਈ ਸੀਗੀ, ਹਾਂਜੀ ਹਾਂਜੀ, ਬਹੁਤ ਸਾਨੂੰ ਗੇੜੇ ਉੱਧਰ ਮਾਰਨੇ ਪਏ, ਤੁਹਾਡੇ ਕੋਲ ਆ ਕੇ ਸਾਨੂੰ ਪਹਿਲਾਂ ਮੌਕੇ ਤੋਂ ਅਪਲਾਈ ਕੀਤਾ ਸੀ ਤੁਸੀਂ? ਹਾਂਜੀ, ਪਹਿਲਾਂ ਮੌਕੇ ਤੋਂ ਕੀਤਾ ਸੀਗਾ ਜੀ। ਠੀਕ ਹੈ ਜੀ, ਉਹ ਤਾਂ ਸਾਡੀ ਰਿਫਿਊਜ਼ਲ ਆ ਗਈ ਸੀਗੀ, ਰਿਫਿਊਜ਼ਲ ਆ ਗਈ ਸੀ। ਸੋ ਸਾਰੇ ਦਰਸ਼ਕਾਂ ਨੂੰ ਮੈਂ ਇੱਕ ਚੀਜ਼ ਜ਼ਰੂਰ ਦੱਸਣਾ ਚਾਹਾਂਗਾ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬੜੀਆਂ ਐਡਵਰਟਾਈਜ਼ਮੈਂਟ ਆਉਂਦੀਆਂ ਕਿ ਜੀ ਵਿਦਆਊਟ ਪ੍ਰੋਸੈਸਿੰਗ ਫੀਸ ਅਸੀਂ ਅਪਲਾਈ ਕਰ ਦਿਆਂਗੇ, ਤਾਂ ਸਾਨੂੰ ਇਹ ਲੱਗਦਾ ਕਿ 10-20 ਹਜ਼ਾਰ ਬਚਾਉਣ ਦੇ ਚੱਕਰ 'ਚ ਅਸੀਂ ਅਲਟੀਮੇਟਲੀ ਵੀਜ਼ਾ ਰਿਫਿਊਜ਼ਲ ਆ ਜਾਂਦਾ ਹੈ। ਬਹੁਤ ਸਾਰੇ ਕੰਸਲਟੈਂਟ ਜਿਹੜੇ ਹੁੰਦੇ ਆ ਉਹ ਬਾਹਰੋਂ ਕੰਮ ਵੀ ਕਰਵਾਉਂਦੇ ਆ, ਜਾਂ ਜਿਨ੍ਹਾਂ ਦਾ ਐਕਸਪੀਰੀਅੰਸ ਨਹੀਂ ਵੀ ਹੁੰਦਾ ਉਹ ਸਿਰਫ ਅਟਰੈਕਟ ਕਰ ਲੈਂਦੇ ਆ ਪ੍ਰੋਸੈਸਿੰਗ ਫੀਸ ਨਾ ਲੈਣ ਦੇ ਚੱਕਰ 'ਚ, ਔਰ ਅਲਟੀਮੇਟਲੀ ਨੁਕਸਾਨ ਸਟੂਡੈਂਟ ਦਾ ਔਰ ਉਹਨਾਂ ਦੇ ਪੇਰੈਂਟਸ ਦਾ ਹੁੰਦਾ। ਜਿਸ ਤਰ੍ਹਾਂ ਤੁਹਾਡਾ ਵੀ 1-1.5 ਲੱਖ ਦਾ ਨੁਕਸਾਨ ਹੋਇਆ ਸੀ ਜਦੋਂ ਰਿਫਿਊਜ਼ਲ ਹੋਇਆ। ਹਾਂਜੀ ਹਾਂਜੀ। ਸੋ ਇਹ ਮੇਰੇ ਰੈਫਰੈਂਸ ਤੋਂ ਆਏ ਸੀਗੇ, ਅਤੇ ਇੱਥੇ ਆ ਕੇ ਤੁਹਾਨੂੰ ਸਾਰਾ ਪ੍ਰੋਸੈਸ ਸਮੂਥ ਰਿਹਾ, ਕੋਈ ਤੁਹਾਨੂੰ ਖੱਜਲ ਖੁਆਰੀ ਤਾਂ ਨਹੀਂ ਹੋਈ? ਸਾਨੂੰ ਕੋਈ ਦਿੱਕਤ ਨਹੀਂ ਆਈ, ਦਿੱਕਤ ਨਹੀਂ। ਚਲੋ, ਬੁਸ਼ਕਰ ਪਿੰਡ ਹੈ ਜੀ ਇਹਨਾਂ ਦਾ, ਆਪਣੇ ਰੀਜਨ ਦੇ ਨੇ। ਸੋ ਜਿਨ੍ਹਾਂ ਦਾ ਵੀ ਰਿਫਿਊਜ਼ਲ ਹੈ ਜਾਂ ਜਿਹੜੇ ਵੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ, ਇੱਕ ਵਾਰ ਸਾਨੂੰ ਵੈਨਿਊਰ ਇੰਗਲਿਸ਼ 'ਤੇ ਜ਼ਰੂਰ ਮਿਲੋ। ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਅਰਸ਼ਦੀਪ, ਜਿਨ੍ਹਾਂ ਦਾ ਰਿਫਿਊਜ਼ਲ ਆਇਆ ਸੀਗਾ, ਔਰ ਹੁਣ ਅੱਜ ਇਹਨਾਂ ਦਾ ਖੁਸ਼ਖਬਰੀ ਹੈ ਕਿ ਵੀਜ਼ਾ ਆ ਚੁੱਕਾ ਹੈ। ਰਿਫਿਊਜ਼ਲ ਦਾ ਬੜਾ ਦੁੱਖ ਹੁੰਦਾ ਜੀ, ਤੁਹਾਨੂੰ ਬੜੀ ਪਰੇਸ਼ਾਨੀ ਹੋਈ ਹੋਣੀ ਜਦੋਂ ਤੁਸੀਂ ਰਿਫਿਊਜ਼ਲ, ਹੁਣ ਕਿੱਦਾਂ ਫੀਲ ਕਰ ਰਹੇ ਹੋ? ਬਹੁਤ ਵਧੀਆ ਲੱਗਦਾ ਜੀ। ਚਲੋ, ਮੈਨੀ ਮੈਨੀ ਕੰਗਰੈਚੁਲੇਸ਼ਨ ਜੀ, ਥੈਂਕ ਯੂ ਸੋ ਮਚ, ਥੈਂਕ ਯੂ।